ਮੋਗਲ ਸਾਹਿਬ ਤੁਸੀਂ ਹੱਸਦੇ ਬੈਠੇ ਹੋ ਥੋੜਾ ਮਜ਼ਾਕ ਉਡਾ ਰਹੇ ਹੋ ਤੁਸੀਂ ਵੀ ਜੈਕਟ ਪਾਈ ਬੈਠੇ ਹੋ ਮੈਂ ਚਾਦਰ ਕਰਕੇ ਆਇਆ ਤੁਸੀਂ ਘਾਰੇ ਚ ਬੈਠਿਆ ਹੈ ਹਾਂ ਫਰਕ ਮੈਂ ਬਾਹਰੋਂ ਆਇਆ ਇਹ ਤਾਂ ਬਿਲਕੁਲ ਸਹੀ ਹੈ ਮੈਂ ਬਾਹਰੋਂ ਆਉਂਦਾ ਧੁੰਦ ਵੀ ਢੇਰ ਸਾਰੀ ਹੈ ਤੁਸੀਂ ਵੇਖੋ ਨਾ ਹੁਣ ਟਾਈਮ ਕੀ ਹੋ ਰਿਹਾ ਹੈ ਬੜੀ ਗੱਲ ਹੈ ਜੀ ਸਹੀ ਆ ਤੇ ਬੜੇ ਛੱਟ ਤੋਂ ਬਚਣ ਵਾਸਤੇ ਤੁਸ ਕਰਕੇ ਆਇਆ ਹਾਂ ਹਾਂ ਨਿੱਕੇ ਨਿੱਕੇ ਕੁਰੇਸ਼ ਵੀ ਹੁੰਦੇ ਨੇ ਇਹ ਵੀ ਗੱਲ ਨਿੱਕੇ ਨਿੱਕੇ ਕੁਰੇਸ਼ ਨਹੀਂ ਹੁੰਦੇ ਨਹੀਂ ਮੈਂ ਵੱਡੇ ਢੇਰ ਸਾਰੇ ਕੁਰੇਸ਼ ਹੀ ਆ ਇਸ ਛੱਟ ਦੇ ਮਾਮਲੇ ਚ ਭਾਈ ਬਾਹਰ ਆਖਰ ਥੜ੍ਹ ਲਗਦੀ ਇਹ ਨਹੀਂ ਨਹੀਂ ਬਿਲਕੁਲ ਇਨਸਾਨ ਇਨਸਾਨ ਉਠਾ ਡ ਲਗਦੀ ਬਿਲਕੁਲ ਲਗਦੀ ਐਸੀ ਕੋਈ ਮੇਡ ਇਨ ਸਟੀਲ ਤਾਂ ਮੇਡ ਇਨ ਟਾਈਵਾਨ ਆਜਾ ਜਰਾਨ ਸਾਹਿਬ ਇਹ ਮੈਨ ਦੱਸੋ ਇੱਕ ਦੋਂਦੇ حوالے ਨਾਲ ਮੇਰੇ ਜ਼ਿਹਨ ਵਿੱਚ ਆ ਗਿਆ ਹਾਂ ਸਾਡਾ ਇਹ ਜਿਹੜੇ ਸਾਡੀ ਰਹਿਤਲੇ ਹਾਂ ਸਾਡੇ ਲੋਕ ਜਿਹੜੇ ਨਵਾਂ ਮੋਟਰਸਾਈਕਲ ਲਵਣ ਤੋਂ ਸਭ ਤੋਂ ਪਹਿਲਾ ਕੰਮ ਕੀ ਕਰਦੇ ਨੇ ਮੇਰੇ ਖਿਆਲ ਪਹਿ ਪੈਟਰੋਲ ਪਵਾਉਂਦੇ ਉਸਨੋਂ ਹੋਰ ਕਿਹੜਾ ਕੰਮ ਨਹੀਂ ਤੋਂ ਖਾਣਾ ਬਣਾਉਂਦਾ ਜ਼ੈਰੀ ਗਲੇ ਮਾਲੇਦਾਰਾਂ ਨੂੰ ਵਿਖਾਉਣਾ ਮਾਲੇਦਾਰਾਂ ਨੂੰ ਨਹੀਂ ਨਹੀਂ ਮਜ਼ਾਕ ਦੀ ਗੱਲ ਵਜ਼ਾ ਹੀ ਹੈਗਾ ਨਹੀਂ ਉਹ ਸੇਫਗਾਰਡ ਸੇਫਗਾਰਡ ਲਵੈਂਦਨ ਸੇਫਗਾਰਡ ਵੀ ਲਵੈਂਦਨ ਚਲੋ ਇੱਕ ਇੱਕ ਅੱਛੀ ਦੋ ਨਗਰ ਅੱਛੀ ਹੋ ਗਈਆਂ ਭੈੜੀ ਕਿਹੜੀ ਕਰੀ ਲੈਣੇ ਸ਼ੀਸ਼ੇ ਲੈ ਆਂਦੇ ਨੇ ਸ਼ੀਸ਼ੇ ਲੈ ਆਂਦੇ ਨੇ ਜੋ ਫਰੰਟ ਤੇ ਦੋ ਸ਼ੀਸ਼ੇ ਲੱਗੇ ਹੋਏ ਹੁੰਦੇ ਉਹਨਾਂ ਨੇ ਪਹਿਲੇ ਆਨੇ ਨਾਲ ਉਹਨਾਂ ਨੂੰ ਲਾ ਕੇ ਅੰਦਰ ਰੱਖ ਛੋਲੇ ਬਿਲਕੁਲ ਬਿਲਕੁਲ ਕੋਈ ਤਾਂ ਬਾਥਰੂਮ ਦੇ ਉੱਤੇ ਰੱਖਦੇ ਹੁੰਦੇ ਚੋ ਨਜ਼ਰਾ ਸੀ ਅੱਛਾ ਨਹੀਂ ਵਾਥ ਇੱਕ ਹੋਰ ਤੁਹਾਡੀ ਗੱਲ ਪਟੂ ਕੇ ਨਾ ਕਿ ਨਾ ਆ ਨਾ ਹੈ ਜੋ ਸ਼ੀਸ਼ੇ ਹੁੰਦੇ ਨਾ ਹੀ ਲੱਗੇ ਹੁੰਦੇ ਨਾ ਬਾਹਰ ਹੈਂ ਕਰ ਕਿ ਨਾ ਅੱਧੋ ਹੈ ਸਿੱਧੇ ਕਰਕੇ ਆਪਣੇ ਮੂੰਹ ਦੇ ਅੱਗੂ ਰੱਖੇ ਹੁੰਦੇ ਭਾਈ ਮਾਮਾ ਤੂੰ ਘਰ ਆਪਣਾ ਮੂੰਹ ਵੇਖ ਲੈ ਜਿਹੜਾ ਦੋ ਮੋਟਰਸਾਈਕਲ ਚ ਲੈੰਦੇ ਦੋ ਸ਼ੀਸ਼ੇ ਇਹ ਸਵਾਰੀ ਹੁੰਦੀ ਮੈਂ ਇਹ ਆਦਾ ਕਿ ਇਹ ਐਸੀ ਸਵਾਰੀ ਹੈ ਜਿਹੜੀ 2.5 ਇੰਚ ਦੀ ਹਮ ਇਹਦਾ ਤੁਸੀਂ ਟਾਇਰ ਵੇਖੋ ਨਾ 2 ਤੋਂ 2.5 ਇੰਚ ਸਿਰਫ ਰੋਡ ਦੇ ਉੱਤੇ ਹੁੰਦਾ ਹੈ ਇਹਦੇ ਬਾਰੇ ਆਖਿਆ ਜਾਂਦਾ ਹੈ ਇਹ ਉਹ ਸਵਾਰੀ ਹੈ ਜਿਹੜੀ ਆਪਣੇ ਪੈਰਾਂ ਆਪਣੇ ਪੈਰਾਂ ਤੇ ਨਹੀਂ ਖਲੋ ਸਕਦੀ ਮੋਟਰਸਾਈਕਲ ਨੂੰ ਜਿੰਨੇ ਤਾਂ ਤੈ ਤੱਲਕ ਹੋਤੀ ਤੀਸਰਾ ਚੌਥਾ ਸਟੈਂਡ ਲਾਉ ਖਲੋ ਨਹੀਂ ਸਕਦਾ ਹੋ ਸਕਦਾ ਇੰਜ ਗੱਲੇ ਤੇ ਸਭ ਤੋਂ ਜ਼ਿਆਦਾ ਕਤਲ ਹਮ ਮੋਟਰਸਾਈਕਲ ਦੀ وجہ ਤੋਂ ਬਿਲਕੁਲ ਕੋਈ ਕਿਸੀ ਹਾਂ ਮੈਂ ਮੈਂ ਨਹੀਂ ਮੌਤ ਤੁਸੀਂ ਆਸੋ ਮੈਨੂੰ ਕਤਲ ਲੱਗਸਾ ਬਿਲਕੁਲ ਇਹ ਕਤਲ ਹੈ ਕਤਲ ਹੈ ਬੜਾ ਵੱਡਾ ਮੌਤ ਤੁਸੀਂ ਬੈਠ ਮੈਂ ਤੁਹਾਨੂੰ ਆਪਣਾ ਐਕਸਪੀਰੀਅੰਸ ਦੱਸਿਆ ਦਾ ਅਗਲੇ ਦਿਹਾੜੇ ਮੈਂ ਸਿਲਾਂ ਵਾਲੀ ਜਵਾਨ ਦਾ ਪਿਆਸ ਨਾ ਅੱਛਾ ਉਹਦੀ ਵਜੂਹਾਂ ਦੁੱਤੇ ਆਸਾਨਾ ਅੱਛਾ ਸੁਣੋ ਮੈਂ ਤੁਹਾਨੂੰ ਦੱਸਿਆ ਨਾ ਜੀ ਸਿਲਾਂ ਵਾਲੀ ਜਵਾਨ ਦਾ ਪਿਆਸ ਆਪਣੀਆਂ ਕਚਹਿਰੀਆਂ ਨੇ ਕਚਹਿਰੀਆਂ ਤੋਂ ਲੈ ਕੇ ਆਪਣੇ ਘਰ ਤੇ 92 ਮੋਟਰਸਾਈਕਲ ਮੈਂ ਗਿਣੇ ਸੁਣੋ ਚਲੋ ਸਹੀ ਵਾਲਾ ਨੂੰ ਪਤਾ ਲੱਗ ਵੈਸੇ ਨਾ ਕਚਹਿਰੀਆਂ ਤੋਂ ਉਹ 5 ਕਿਲੋਮੀਟਰ ਦਾ ਸਫ਼ਰ ਬਲਕਿ 5 ਵੀ ਨਹੀਂ 4 4 ਜਾਂ 3 ਕਿਲੋਮੀਟਰ ਯਾਰ ਘਰ ਆਇਆ ਨਾ ਉਤ ਕਚਹਿਰੀ ਤੂੰ ਅੱਗਾ ਨਿਕਲ ਗਿਆ ਸਾਡ ਦੋ ਦੋ ਹੀ ਮੈਂ ਬੜਾ ਜ਼ਿਆਦਾ ਆਲਾ ਦੋ ਕਿਲੋ 2 ਕਿਲੋਮੀਟਰ ਦੇ ਵਿੱਚ ਭਾਈ ਜਾਨ 92 ਮੋਟਰਸਾਈਕਲ ਮੈਂ ਆਪਣੇ ਜਿਹੜਾ ਇਹਨਾਂ ਦੀ ਗਿਣਤੀ ਨਾਲ شمار ਕੀਤ ਜੁਗਗੇ ਚ 6 ਬੰਦੇ ਹੈਲਮਟ ਲਾਏ ਹੋਇਆ ਠੀਕ ਹੈ ਦੋ ਮੋਟਰਸਾਈਕਲ ਐਸੇ ਆ ਜਿਨ੍ਹਾਂ ਦੀ ਵਜ੍ਹਾ ਤੋਂ ਦੋ ਮੋਟਰਸਾਈਕਲ ਐਸੇ ਆ ਜਿਨ੍ਹਾਂ ਦੀ ਹੈਡਲਾਈਟਸ ਹਾਨੀ ਕੋਈ ਨਾ ਤੇ ਖੈਰ ਦੇ ਕੋਈ ਮੋਟਰਸਾਈਕਲ ਐਸਨ ਆ ਜਿਹਨਾਂ ਦਾ ਸਾਈਡ ਮਿਰਰ ਲੱਗੇ ਹੋਇਆ ਬਣਾ 92 ਦੇ ਬੰ ਉਹ ਤਾਂ ਕੋਈ ਵੀ ਨਾ ਉਹ ਕੋਈ ਵੀ ਨਹੀਂ ਐ ਸਾਡ ਵਾਤੇ ਲੋਕ ਪਤਾ ਕਿ ਗਿੱਲ ਕਰੇ ਸੰਜੀ ਹਕੂਮਤ ਸਾਡੇ ਜਾਨ ਦੀ ਪਰਵਾਹ ਨਹੀਂ ਹਕੂਮਤ ਨੂੰ ਤਾਂ ਤੁਹਾਡੀ ਜਾਨ ਦੀ ਪਰਵਾਹ ਹੈ ਯਾਨੀ ਭਾਈ ਤੁਹਾਨੂੰ ਆਪਣੀ ਜਾਨ ਦੀ ਕਿੰਨੀ ਸਾਰੀ ਪਰਵਾਹ ਹੈ ਉਹ ਯਾਰ ਇੱਕ ਮੋਟਰਸਾਈਕਲ ਦੇ ਸ਼ੀਸ਼ੇ ਦੀ ਕਿੰਨੀ ਕੀਮਤ ਹੁੰਦੀ ਇਹ ਕੀਮਤ ਨਹੀਂ ਹੁੰਦੀ ਉਹ ਕੀਮਤਾਂ ਨੂੰ ਛੱਡੋ ਜਿਸ ਨਾਲ ਨਵਾਂ ਮੋਟਰਸਾਈਕਲ ਉਹ ਤੇ ਗੱਲ ਹੁੰਦੀ ਪਈ ਪਹਿਲੇ ਲਾ ਕੇ ਪਹਿਲੇ ਲਾ ਕੇ ਰੱਖੇਂਦੇ ਲਾ ਕੇ ਛੁੜੇਂਦੇ ਨੂੰ ਅੱਲਾ ਮਾਫੀ ਦੇ ਬਈ ਤੇਰੀ ਜਾਨ ਨਾਲੋਂ ਜ਼ਿਆਦਾ ਕੀਮਤੀ ਹੈ ਉਹ ਕੀਮਤੀ ਦੀ ਨਹੀਂ ਯਾਰ ਗੱਲ ਗੱਲ ਕੀਮਤੀ ਦੀ ਵੀ ਨਹੀਂ ਨਾਜ਼ਰੀਨ ਉਹ ਗੱਲ ਇਹ ਹੈ ਕਿ ਉਹ ਭੈੜੇ ਲੱਗਦੇ ਨਾ ਭੈੜੇ ਲੱਪਤ ਨਹੀਂ ਅੱਛੇ ਨਹੀਂ ਲੱਗਦੇ ਉਹ ਕਿਸੇ ਮੱਤ ਦਿੱਤੀ ਹੋਈ ਹੈ ਬਈ ਇਹ ਸੰਭਾਲ ਕੇ ਰੱਖਿਆ ਜਿਦਣ ਵੇਚਣ ਹੋਏ ਨਾ ਉਦੋਂ ਕੰਮ ਆਸਾ ਇਹ ਵੀ ਗੱਲ ਹੈ ਇਹ ਵੀ ਨਾਲ ਗੱਲ ਇਹ ਸੰਭਾਲ ਕੇ ਯਾਰ ਇਹ ਤਾਂ ਸਾਡੇ ਤਾਂ ਬੇਲੀ ਇਹ ਨਿੰਜਾ ਜਿਵੇਂ ਮੋਬਾਈਲ ਨਵਾਂ ਲਵੇਂ ਆਸਾਨ ਪਹਿਲੇ ਕੇਸਿੰਗ ਚੇਂਜ ਕਰੇਂਦੇ ਆ ਹਾਂ ਭਾਈ ਪੂਰਾ ਪੈਵ ਹਸੀ ਐਚਾ ਸਾਨੂੰ ਨਹੀਂ ਪੁਰਾਣੀਆਂ ਛਈਆਂ ਨਾਲ ਬੜਾ ਪਿਆਰ ਬੜੇ ਪਿਆਰ ਹੈ ਬੜਾ ਪਿਆਰੇ ਪੁਰਾਣੇ ਹੁਕਮਰਾਨ ਪੁਰਾਣੇ ਸਰ ਸ਼ਖਬਾਰ ਗੱਲ ਮੋਟਰਸਾਈਕਲ ਮੋਟਰਸਾਈਕਲ ਤੋਂ ਦੀ ਪਈ ਬਿਲਕੁਲ ਜੀ ਦੁੰਦਾ ਦੇ ਦਿਹਾੜੇ ਨੂੰ ਤੁਸੀਂ ਆਪਣੀ ਹਿਫਾਜ਼ਤ ਦੂਜਾ ਤੁਨ ਹੁਣ ਯਾਰ ਹਲ ਹਫਤਾ ਪੁਰਾਣੀ ਗੱਲ ਨਹੀਂ ਹੋਈ ਜਿਹੜਾ ਅਗਲੇ ਦਿਨ ਐਕਸੀਡੈਂਟ ਹੋਇਆ ਉਹ ਇਹਾਕ ਸਾਹਿਬ ਜਿਹੜੇ ਉਹਨੂੰ ਪਤਾ ਕਿ ਉਹ ਮੋਟਰਸਾਈਕਲ ਆਂਦੇ ਪੈਣ ਰੱਖਸ਼ ਦੇ ਆਂਦੇ ਪੈਨ ਅਗੂ ਖਲੋਤੀ ਹੈ ਟਰਾਲੀ ਆ ਜੜੀ ਗੰਨੇ ਆਲੀ ਅੱਲਾਹ ਤਾਲਾ ਉਹਨਾਂ ਨੂੰ ਹਿਦਾਇਤ ਦੇਵੇ ਯਕੀਨ ਮੰਨੋ ਉਹਨਾਂ ਦੇ ਪਿੱਛੇ ਨਾ ਕੋਈ ਸਟਿੱਕਰ ਹੁੰਦਾ ਨਾ ਕੋਈ ਰਿਫਲੈਕਟਰ ਹੁੰਦਾ ਇੰਡੀਕੇਟਰ ਕੋਈ ਸ਼ੈ ਹੀ ਨਹੀਂ ਹੁੰਦੀ ਇਹ ਇੱਕ ਚਾਰ ਡੇਢ ਪੈਰ ਦੀ ਗੱਲ ਹੈ ਇੱਥੋਂ ਆਂਦੀ ਪਈ ਇੱਕ ਫੌਤ ਕੀ ਹੋਈ ਏ ਇੱਥੇ ਰੇਤੜੀ ਦੇ ਵਿੱਚ ਉਹਦਾ ਭਾਈ ਹੁੰਦਾ ਉਹਦੇ ਮਲਤਾਨੋਂ ਦਾ ਭਰਾ ਨੂੰ ਕੱਲ ਕੀ ਦੀ ਰਾਤੀ ਉਹ ਆਇਆ ਵਿਚਾਰਾ ਰਾਹ ਦੇ ਵਿੱਚ ਸ਼ੋਰਕੋਟ ਕੋਲ ਐਕਸੀਡੈਂਟ ਧੋਂਦੀ ਵਜ੍ਹਾ ਤੋਂ ਉਹਨਾਂ ਦੀ ਕਾਰ ਲੱਗੀ ਟਰਾਲੇ ਜਨਾਬ ਉਹ ਭਾਈ ਹੋਰੀ ਫੌਤ ਹੋ ਗਏ ਫੌਤ ਕੀ ਦੇਣਾ ਨੇ ਬਈ ਇਹ ਤੁਹਾਨੂੰ ਦੋ ਚਾਰ ਵਾਕਿਆ ਸੁਣਾਏ ਜਦ ਕਿ ਤੁਹਾਡੇ ਆਸ ਪਵਾਸ ਰੋਜ਼ ਹੀ ਜਾਉਂਦੇ ਸਿਰਫ ਇਹ ਜਿਹੜਾ ਨਾ ਸੈਂਸ ਨਾ ਹੋਣ ਦੀ ਵਜ੍ਹਾ ਤੋਂ ਤੇ ਖਾਸ ਤੌਰ ਤੇ ਗਲਤੀਆਂ ਵੀ ਇਹਨਾਂ ਆਂਦੀਆਂ ਹੁੰਦੀਆਂ ਰਕਸ਼ਾ ਲਾ ਲੋਵੇ ਮੋਟਰਸਾਈਕਲ ਲਾ ਲੋਵੇ ਤੇ ਭਾਵੇਂ ਖੋਤ ਰੇੜਾ ਲੈ ਇਹ ਤਰ੍ਹਾਂ ਹੈ ਹੁੰਦੇ ਇਹਨਾਂ ਨੂੰ ਇਸ ਗੱਲ ਦਾ ਜ਼ਰਾ ਵੀ ਇਦਰਾਕ ਨਹੀਂ ਹੁੰਦਾ ਬਈ ਅੱਲਾ ਨਾ ਕਰੇ ਅਗਰ ਕਿਸੇ ਵੀ ਸ਼ੈਨ ਨਾਲ ਐਕਸੀਡੈਂਟ ਹੋਣਾ ਨਾ ਉਹਨਾਂ ਦਾ ਮਾਲੀ ਨੁਕਸਾਨ ਹੋਣਾ ਇਹਨਾਂ ਦਾ ਜਾਨੀ ਨੁਕਸਾਨ ਹੋਣਾ ਅੱਲਾ ਨਾ ਕਰੇ ਮੋਟਰਸਾਈਕਲ ਜਾਂ ਕਾਰ ਦਾ ਐਕਸੀਡੈਂਟ ਹੋਵੇ ਨਾ ਤੇ ਰੇਅਰ ਚਾਂਸ ਹੈ ਨ ਵੀ ਮੋਟਰਸਾਈਕਲ ਵਾਲੇ ਦੀ ਡੈਥ ਹੋਵੇ ਉਹ ਕਾਰ ਵਾਲੇ ਦੀ ਡੈਥ ਹੋਵੇ ਲੇਕਿਨ ਮੋਟਰਸਾਈਕਲ ਵਾਲੇ ਦੇ 90% ਚਾਂਸ ਹੈ ਨ ਵੀ ਉਸ ਦੀ ਹੋਵਣ ਜਿਵੇਂ ਕਿ ਹੋਣ ਦੇ ਅੱਛਾ ਸਾਡੇ ਕੋਲ ਖੋਤਾ ਰੇੜੀ ਦਾ ਬੜਾ ਰਿਵਾਜ ਹੈ ਬਹੁਤ ਰਿਵਾਜ ਪੂਰੇ ਪਾਕਿਸਤਾਨ ਇਹ ਤਕਰੀਬਨ ਚੱਲ ਰਹੀ ਹੈ ਸਿਵਾਏ اسلامਬਾਦ ਤੋਂ ਜੀ ਹਾਂ ਤੇ ਅੱਛਾ ਇਹਨਾਂ ਪਤਾ ਇਹਨਾਂ ਦਾ ਇੰਡੀਕੇਟਰ ਕੋਈ ਨਹੀਂ ਹੁੰਦਾ ਨਾ ਜਿਸ ਇਸ ਦਾ ਵੈਂ ਦਾ ਵੈਂ ਦਾ ਨਾ ਜਿਸ ਵਕਤ ਇਹ ਮੋੜ ਦੇ ਪੇ ਹੁੰਦੇ ਨਾ ਮੋੜਨ ਤੋਂ ਪਹਿਲੇ ਵੀ ਇਸ਼ਾਰਾ ਨਹੀਂ ਦੇਦੇ ਨਾ ਜੀ ਨਾ ਜਿਸ ਟਾਈਮ ਐਂ

ਔਰ ਸਭ ਤੋਂ ਜ਼ਿਆਦਾ ਮਜ਼ਲੂਮੀ ਬਤਾਈ ਨੁਕਸਾਨ ਅਗਲੇ ਦਾ ਗਰੀਬ ਬੰਦਾ ਜੀ ਇਹ ਤੁਸੀਂ ਜਿਹੜੇ ਕੋਟਰ ਰੇਡੀ ਵਾਲੀ ਦੀ ਗੱਲ ਪੇ ਕਰ ਰਹੇ ਹੋ ਨਾ ਸਗਵਾਂ ਹੀ ਉਹ ਕੇਸ ਮੋਟਰਸਾਈਕਲ ਵਾਲੇ ਤੋਂ ਹੁੰਦਾ ਹੁਣ ਤੁਸੀਂ ਇਹ ਵੇਖੋ ਮਹਿੰਗਾਈ ਦਾ ਦੌਰ ਹੈ ਕਾਰ ਵਾਲਾ ਬਿਚਾਰਾ ਵਹਿੰਦਾ ਪਿਆ ਉਹਦੀ ਬ੍ਰੇਕ ਲੱਗ ਗਈ ਉਹਦੀਆਂ ਬ੍ਰੇਕਾਂ ਚ ਹੀ ਆਉਂਦੀਆਂ ਉਹ ਰੁਕ ਵੈਂਦੀ ਜਿਸ ਵੇਲੇ ਤੁਸੀਂ ਕਾਰ ਮੋਟਰਸਾਈਕਲ ਯਕੀ ਕਿਸੇ ਵੀ ਗੱਡੀ ਦੇ ਪਿੱਛੇ ਮੋਟਰਸਾਈਕਲ ਚਲਾਈ ਵਹਿੰਦੇ ਹੋ ਤੁਹਾਡੇ ਜ਼ਿਹਨ ਵਿੱਚ ਹੋਣਾ ਚਾਹੀਦਾ ਭਾਈ ਭਾਈ ਅਗਲਾ ਬੰਦਾ ਬ੍ਰੇਕ ਲਾ ਸਕਦਾ ਕੀ ਮੈਂ ਬ੍ਰੇਕ ਲਾ ਸਕਦਾ ਕਿ ਨਾ ਲਾ ਸਕਦਾ ਟ੍ਰੈਫਿਕ ਕਾਨੂੰਨ ਵੀ ਹੈ ਕਿ ਅਗਰ ਪਿਛੂ ਆ ਕੇ ਲੱਗਦਾ ਹੈ ਤਾਂ ਪਿਛਲੇ ਦੀ ਪਿਛਲੇ ਦੀ ਗਲਤੀ ਹੈ ਅਗਲੇ ਦੀ ਬ੍ਰੇਕ ਲੱਗਣੇਗੀ ਉਹਦਾ ਉਸਾਰ ਇੱਕ ਬੰਪਰ 6000 ਰੁਪਏ ਦਾ ਇੱਕ ਲਾਈਟ ਉਹਦਾ ਲਾਈਟ ਦਾ ਜੋੜਾ 10000 ਰੁਪਏ ਦਾ ਇਹ ਜਨਾਬ ਹੈ ਕਹਿੰਜੋ ਦਾ ਸਾਈਡ ਉਹ ਜਿਹੜਾ ਸੇਫਗਾਰਡ ਲੱਗ ਸੀ ਉਹਦੀ ਸਾਈਡ ਲਾਈਟ ਵੈਸੀ ਤਰੁੱਟ ਉਹਦੇ 5000 ਦੀ ਮੰਜੀ ਠੋਕ ਗਈ ਇਹ ਜਨਾਬ ਉਤ جانਦੇو بیچارا ਗਰੀਬ ਇਹ ਗਰੀਬ ਇਹ ਗਰੀਬ ਗਰੀਬ ਕਰੇਂਦੇ ਸਬਕ ਇਹ ਸਿੱਖਿਆ ਵੇ 6 ਦਿਹਾੜੇ ਗੁਜ਼ਰ ਸਨ ਵਾਤ ਕਿਸੇ ਹੋਰ ਜਾਤੇ ਇੰਜ ਟੋਕੀ ਖਲੋਤੋ ਸੀ ਮੰਡੀ ਪੇ ਬਾਦ ਮੰਡੀ ਬਰੋ 8 ਬੰਦੇ ਵਾਤੋ ਦੇ ਗਵਾਹ ਬਣੇ ਖਲੋਤੇ ਸ ਅੱਲਾ ਮਾਫੀ ਦੇਵੇ ਹਰ ਸ਼ੈ ਜਿਹੜੀ ਹੁੰਦੀ ਨਾ ਪੈਸੇ ਨਹੀਂ ਤਲੈਂਦੀ ਲੇਕਿਨ ਇਨਸਾਨ ਦੀ ਜਾਨ ਬੜੀ ਕੀਮਤੀ ਜਿਹੜੀ ਕੰਮ ਤੁਸੀਂ ਮੁਸلسل ਕਰੇਂਦੇ ਹੋ ਤੁਹਾਡੀ ਆਦਤ ਸਾਨੀਆਂ ਬਣ ਜਾਂਦੇ ਅਗਰ ਤੁਸਾਂਹ ਇੱਕ ਆਦਤ ਹੈ ਨਾ ਵੇ ਬਗੈਰ ਤੁਸੀਂ ਇਸ਼ਾਰੇ ਦਿੱਤੇ ਮੁਰਦਿਓ ਤਬਾਤ ਇਹ ਤੁਹਾਡੀ ਆਦਤ ਬਣ ਗਈ ਹਫਤਾ ਦਾ 1.5 ਤੁਸੀਂ ਅਗਰ ਇਸ ਤੇ ਪ੍ਰੈਕਟਿਸ ਕਰੇ ਸੋਨਾਂ ਵਾ ਤੇ ਪੱਕੀ ਹੋ ਵੈਣੀ ਹੈ ਅੱਛੇ ਖੋਰ ਮੈਂ ਗੱਲ ਇਹ ਕਿ ਆਦਤ ਸਾਨੀਆਂ ਤੁਹ ਯਾਦ ਆਈ ਕਿ ਸਾਡੇ ਸਾਨੀ ਮੀਰ ਦੱਸ ਨਹੀਂ ਨਹੀਂ ਸਾਨੀਆ ਮੀਰ ਸੋਨੇ ਆਦਤ ਸਾਨੀਆਂ ਦੀ ਵੇ ਇੱਕ ਗੱਲ ਕੀ ਜਾਂਦਾ ਪਿਆਸ ਕਿ ਤੁਸੀਂ ਕਦੀ ਹੋਰ ਕੀਤਾ ਆਪਣੇ ਚਲੋ ਆਪਣੇ ਸ਼ਹਿਰ ਇਹ ਤੁਸੀਂ ਵਦੋ ਨਾ ਹਰ ਬੰਦਾ ਕਿਸੇ ਦਾ ਮੋਟਰਸਾਈਕਲ ਦਾ ਸਟੈਂਡ ਤੱਲੇ ਹੋ ਸੀ ਨਾ ਬੰਦਾ ਦੁਆਦਾ ਕਿ ਯਾਰ ਐਸ ਬਾਈ ਸਟੈਂਡ ਦਾ ਕਾਰ ਸਹੀ ਇਹ ਇੱਕ ਸਾਡਾ ਕਲਚਰ ਬਣ ਗਿਆ ਕਦੀ ਤੁਸੀਂ ਗੱਲ ਦੁਪੱਟਾ ਉੱਤੇ ਕਰ ਲੋ ਲਾਈਟ ਆਫ ਕਰ ਗੱਲ ਅੱਛੀ ਹੈ ਨੇਕੀ ਹੈ ਵੇ ਦੇ ਪਿਛੋਂ ਤੁਸੀਂ ਅੱਜ ਤੋਂ ਬਾਅਦ ਤੁਸੀਂ ਗੌਰ ਕਰਨਾ ਆਪਣੇ ਸ਼ਹਿਰ ਦੇ ਬਾਹਰ ਦਾ ਤਾਂ ਨਹੀਂ ਨਪਤੋਂਦਾ ਕਿ ਬੰਦਾ ਕੌਣ ਹੈ ਕੌਣ ਆਪਣੇ ਸ਼ਹਿਰ ਦੇ ਤੁਸੀਂ ਮੁਸਲਸਲ ਇੱਕ ਬੰਦੇ ਨੂੰ ਅਗਰ ਇੱਕ ਮਹੀਨਾ ਤੁਸੀਂ ਉਹ ਤੁਹਾਨੂੰ ਮੋਟਰਸਾਈਕਲ ਤੇ ਇੱਕ ਬੰਦਾ ਟੱਕਰਦਾ ਹੈ ਨਾ ਮਿਸਾਲ ਦੌਰ ਤੇ ਮੈਂ ਪੈਦਲ ਜਾ ਰਿਹਾ ਅਰਸਲਾਨ ਆ ਰਿਹਾ ਔਰ ਇਹਦਾ ਸਟੈਂਡ ਤੇ ਲੈ ਤੁਸੀਂ ਗੌਰ ਕਰਨਾ ਹੈ ਕਿ ਮਹੀਨਾ ਉਹ ਟੱਕਰਦਾ ਹੈ ਨਾ ਉਹ 6 ਤੋਂ 7 ਵੇਰੂ ਦਾ ਸਟੈਂਡ ਤੇ ਲਈ ਹੋਸੀ ਉਸ ਬੰਦੇ ਦਾ ਕਿਉਂਕਿ ਉਹਦੀ ਆਦਤ ਬਣੀ ਹੁੰਦੀ ਉਹ ਸਟੈਂਡ ਚੈਨਾਂ ਨੂੰ ਯਾਦ ਨਹੀਂ ਰਹਿੰਦਾ ਜੇ ਜੋ ਵੀ ਹੈ ਜੀ ਆ ਬਿਲਕੁਲ ਬਿਲਕੁਲ ਨਾਲ ਇਸ ਤਲ ਬੜੇ ਖਤਰਨਾਕ ਹਾਦਸਾਤ ਹੁੰਦੇ ਨੇ ਬਿਹਤਰੇ ਹਾਦਸਾਤ ਨਾਲ ਅੱਲਾ ਉਤੂਵਾ ਥੇ ਜਿਹੜੇ ਸਾਡੇ ਬੇਲੀਆਂ ਨੂੰ ਆਉਂਦੀ ਜਲਦੀ ਪਤਾ ਨਹੀਂ ਨਾ ਕਿਹੜੀ ਗੱਲ ਦੀ ਜਲਦੀ ਹੁੰਦੀ ਸਾਡੇ ਕੋਲ ਯਕੀਨਨ ਟ੍ਰੈਫਿਕ ਬਲਾਕ ਹੋ ਸੀ ਅਗਲੇ ਦਾ ਮੋਟਰਸਾਈਕਲ ਪੰਚਰ ਹੋ ਗਿਆ ਅਫਰੂਕਾ ਰੋਡ ਚੌਕ ਦੇ ਵਿੱਚ ਕਾਰ ਲੱਗੀ ਖਲੋਤੀ ਨਾਲ ਜਨਾਬ ਟਰੈਕਟਰ ਟਰਾਲੀ ਨਾਲ ਖੋਤਰ ਰੇੜੀ ਨਾਲ ਰਖਸ਼ਾ ਵਿੱਚ ਚਾਰ ਪੰਜ ਬਲਕੇ ਅੱਧਾ ਮੋਟਰਸਾਈਕਲ ਆਲੇ ਸਾਰਾ ਰਾਤ ਉਸਾਂ ਮੰਨ ਲੈ ਅਗਲੇ ਆਵਣਾ ਲੈ ਆਵਣਾ ਕਿਦੂ ਏ ਇੱਕ ਆਮ ਪ੍ਰੈਕਟਿਸ ਹੈ ਸਰਗੋਦੇ ਕਿਸ ਟਾਈਮ ਉਹ ਗੇਲਾ ਲਾ ਫਾਟਕ ਹੈ ਨਾ ਉੱਧੂ ਉੱਧੂ ਵਿੱਚ ਚੋ ਕਿ ਬਾਕੀ ਫਾਟਕ ਤਾਂ ਡਬਲ ਵੇ ਨਾ ਇੱਕ ਵੇਣ ਵਾਲੀ ਦੀ ਸਾਈਡ ਹੈ ਕਾਮ ਉੱਥੇ ਤੇ ਦਾ ਮਸਲਾ ਨਹੀਂ ਬਣਦਾ ਉਹ ਗੇਲਾ ਲਾ ਫਾਟਕ ਹੀ ਦੋ ਸਾਡਾ ਮੁਕੰਮਲ ਬੰ ਵੈਰਨਲ ਇਦੂ ਆਕਸਨ ਸਾਰੀ ਸੜਕੋਂ ਮਾਲਸ ਨੂੰ ਦੂਆ ਮਾਲਾ ਚੱਲ ਬਾਈ ਜੇ ਲੇ ਫਾਟਾ ਖੁੱਜੇ ਕਿਉਂ ਤੇ ਮੂੰਹ ਦਰ ਵੇ ਦੇ ਖਲੋਤੇ ਉਸੇ ਪਹਿਲੇ ਤੂੰ ਆਂ ਇਹਦੇ ਪਹਿਲੇ ਪਹਿਲੇ ਤੂੰ ਆਂ ਔਰ ਬੰਦੇ ਦੀ ਹੈਗਾ ਇੱਕ ਬੰਦੇ ਦਿਖਲਤੀ ਹੋ ਰੱਖਸ਼ ਵਾਲਾ ਸੀ ਇਹ ਮੋਟਰਸਾਈਕਲ ਮੋਟਰਸਾਈਕਲ ਇਹ ਕਾਰ ਹਾਲਾ ਕਿਸੇ ਦੀ ਕਿਸੇ ਗਲਤ ਹੋਸੀ ਉਦੀ ਵਜ੍ਹਾ ਤੂੰ ਕਿਤਨੇ ਪਿੱਛੇ ਖਲੋਤੇ ਹੋ ਪਿੱਛੇ ਔਰ ਉਹ ਵਾਤ ਵੀ ਨੂੰ ਉਸ ਨੂੰ ਆਪਣੀ ਗਲਤੀ ਦਾ ਨਹੀਂ ਪਤਾ ਲੱਗਦਾ ਉਦੋਂ ਵੇ ਨੂੰ ਆਖੀ ਨਿਕਨੇ ਆ ਅਗਲੇ ਦੜ ਮਜ਼ਦਗ ਆ ਅਗਲੇ ਦੜ ਉਹ ਮੈਂ ਬੇਲੀ ਪੇ ਦਸੇਂਦਾ ਜਣੇ ਇੱਕ ਰਖਸ਼ ਵਾਲਾ ਸੜਕ ਦੇ ਵਿੱਚ ਕਾਰ ਸੜਕ ਦੇ ਵਿੱਚ ਕਾਰ ਹੋ ਜਨਾਬ ਰੱਖ ਪਿੱਛੇ ਜਨਾਬ ਲੰਮੀਆਂ ਲੈਣਾ ਲੱਗੀ ਹੋ ਯਾਰ ਤੂੰ ਰੋਕ ਰੋਕਣਾ ਬਿਲਕੁਲ ਠੀਕ ਹੈ ਤੈਨੂੰ ਕੋਈ ਮਸਲਾ ਹੈ ਮਜਬੂਰੀ ਤੂੰ ਸਾਈਡ ਤੇ ਕੱਲ ਸੜਕ ਦੇ ਦਰਮਿਆਨ ਉਹ ਵੀ ਮੇਨ ਰੋਡ ਸਰਗੋਦਾ ਜਾਂਗੁਰ ਮੇਨ ਰੋਡ ਦੇ ਉੱਤੇ ਸੜਕ ਦੇ ਬਿਲਕੁਲ ਸੈਂਟਰ ਵਿੱਚ ਰਕਸ਼ਾ ਲਾ ਕੇ ਗਏ ਪਿੱਛੂ ਹਾਰਨ ਦੇ 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 ਕਿ ਇਤਨੇ ਤਾਂ ਅਲੱਗ ਹੀ ਦਾ ਟ੍ਰੈਫਿਕ ਜਾਂ ਪੰਜ ਗੱਡੀਆਂ ਅੱਗੂ ਤੇ 15 ਪਿੱਛੂ ਲੱਗੀਆਂ ਖਲੋਦੀਆਂ ਚੱਲ ਸਾਰਿਆਂ ਵਾਤ ਉਹਦੇ ਨਾਲ ਪਾਦ ਪਦਾਈਏ ਕਰ ਕੇ ਕਿਵੇਂ ਰਾਹ ਕਲੀਅਰ ਐ ਇਹਨਾਂ ਲੋਕਾਂ ਦੀ ਸਿਵਿਕ ਸੈਂਸ ਹੈ ਖਾਸ ਤੌਰ ਤੇ ਨਾ ਇੱਕ ਖੋਤਰੇੜਾ ਹੋਵੇ ਜੇ ਦੂਜਾ ਰਖਸ਼ ਤੇ ਤੀਜਾ ਮੋਟਰਸਾਈਕਲ ਭਾਈ ਜਾਨ ਬੜੀ ਕੀਮਤੀ ਨੇ ਅੱਲਾ ਮਾਫੀ ਦੇਵੇ ਜਾਨ ਬੜੀ ਕੀਮਤੀ ਨੇ ਤੇ ਇਹ ਤੁਹਾਨੂੰ ਪਤਾ ਸਿਹਤ ਦੀ ਕੀਮਤ ਉਸ ਵੇਲੇ ਪਤਾ ਲੱਗਦੀ ਜਦਲੇ ਤੁਸੀਂ ਵਹਿੰਦੇ ਹੋ ਹਸਪਤਾਲਾਂ 'ਚ ਅੱਛਾ ਨਾਜ਼ਰੀਨ ਸਾਰੀ ਗੱਲਾਂ ਹਕੂਮਤ ਇਹਨਾਂ ਸੱਟ ਦਿੱਤੀਆਂ ਕਰ ਹਾਂ ਇਹਦੇ ਹਕੂਮਤ ਦਾ ਕੋਈ ਕਸੂਰ ਨਹੀਂ ਯਕੀਨ ਮੰਨੋ ਅੱਜ ਦੇ ਵੀਲੌਗ ਦੋ ਇਹੀ ਹੋਈ ਕਿ ਸਾਰੀ ਗੱਲਾਂ ਹਕੂਮਤ ਇਹਨਾਂ ਸੱਟੀਆਂ ਕਰੋ ਕੁਝ ਆਪਣੇ ਕੁਝ ਆਪਣੇ ਤੇਰੀ ਬਾਣ ਚ جھਾਂਕੇ ਕਰੋ ਤੇ ਹਾਂ ਕੋਈ ਜ਼ਿੰਮੇਦਾਰੀਆਂ ਕਰੋ ਆਪਣੇ ਖਾਨਦਾਨ ਦੀ ਹਿਫਾਜ਼ਤ ਕਰੋ ਅੱਜ ਦੇ ਵੀਲੌਗ ਤੇ ਖਾਨਦਾਨ ਛੋਟਾ ਰੱਖੋ ਨਹੀਂ ਨਹੀਂ ਭਾਈ ਪਾਕਿਸਤਾਨ ਦੇ ਮਸਾਇਲ ਦੇ ਸਭ ਤੋਂ ਵੱਡਾ ਮਸਲਾ ਇਹ ਹੀ ਨੇ ਇਸ ਟਾਈਮ ਯਾਰ ਇੱਕ ਵੀਡੀਓ ਨਹੀਂ ਕਰਸਾਂ ਇਸ ਟਾਈਮ ਯਕੀਨਨ ਪਾਕਿਸਤਾਨ ਦਾ ਸਭ ਤੋਂ ਵੱਡਾ ਮਸਲਾ ਇਹ ਨੇ ਹਾਂਜੀ ਆ ਤੇ ਇਸ ਨੂੰ ਥੋੜਾ ਜਿਹੜਾ ਨਾ ਦੀਨ ਦੇ ਲਿਹਾਜ਼ ਹਾਂ ਇਹ ਬਾਤ ਕਰਸਾਂ ਮਜ਼ਹਬ ਦੇ ਲਿਹਾਜ਼ ਨਾਲ ਕਰਕੇ ਆ ਜਿਹੜਾ ਵਾਹ ਬਾਤ ਕਰਸਾਂ ਇਸ ਤੇ ਸਾਡਾ ਅਗਰ ਵੀ ਲੋਤਨ ਪਸੰਦ ਆਇਆ ਹੋਵੇ ਤੇ ਇਸ ਨੂੰ ਸਬਸਕ੍ਰਾਈਬ ਲਾਜ਼ਮੀ ਕਰੋ ਅਰਸਲਾਨ ਮੂਗਲ ਤੇ ਮੈਂ ਦਿਓ ਇਜਾਜ਼ਤ ਅੱਲਾਹ ਹਾਫਿਜ਼ ਅੱਲਾਹ